जी जनाब इसमन रहीम शहजाद हकीम हाजिर आज का जो मेरा मौजू है वो है जी दमा दमकशी जीकुल नफ्स ये बुजुर्ग देख रहे हैं ये अंदर बड़े हैं मैंने कहा है जी सिगरेट कितने अरसे से पी रहे है इन्होंने कहा जी जमया बाल तो हाल सिगरेट भावे महंगी थी गई है चाचा फूकी पे भावे रोजा आया खड़े चाचा फूकी पे ਇਨਾਂ ਨੂੰ ਨਹੀਂ ਪਤਾ ਬਈ ਆ ਸਿਗਰਟੇ ਜਿੰਦੀ ਵਜ੍ਹਾ ਕੋਲ ਇਹਨਾਂ ਨੂੰ ਦਮਾ ਥੀ ਗਏ ਇਹਨਾਂ ਦੇ ਸਾਹ ਦੇ ਨਾਲੇ ਬੰਦ ਥੀ ਗਏ ਇਹ ਆ ਸਿਗਰਟੇ ਜਿੰਦੀ ਵਜ੍ਹਾ ਨਾਲ ਕੈਂਸਰ ਥੀ ਵੰਦੇ ਕਮਾਲ ਤਾਂ ਉਹਨਾਂ ਬੰਦਿਆਂ ਦੀ ਜਿਹਨਾਂ ਸਿਗਰਟ ਦੀ ਡੱਬੀ ਉਤੇ ਕੈਂਸਰ ਵਾਲਾ ਫੋਰਟ ਹਿੱਲਾਏ ਲੋਕ ਵਾਲੀ ਨਹੀਂ ਛੁੜਦੇ ਇਹ ਅਗਰ ਲਿਖ ਦੇਵਾਂ ਨਾ ਉਤੇ ਬਈ ਸਿਗਰਟ ਪੀਨੇ ਸੇ ਬੰਦਾ ਨਾ ਮਰਦ ਹੋ ਜਾਂਦਾ ਹੈ ਯਕੀਨ ਮੰਨੋ ਕੋਈ ਵੀ ਸਿਗਰਟ ਕਹਨਾ ਪੀਵੇ ਆ ਉਹਨਾਂ ਕੈਂਸਰ ਕੋਲ ਡਰ ਆਏ ਵਾਲੀ ਚਾਚਾ ਸਿਗਰਟ ਫੂਕੀ ਪੇ ਬਹਰਾਲ ਜੀ ਸਿਗਰਟ ਮਹਿੰਗੀ ਥੀ ਕੀ ਅਕਸਰ ਲੋਕ ਪੁਸ਼ਤਨ ਸੇਵਾਲ ਸਿਗਰਟ ਛੋੜੂ ਕਿਵੇਂ ਇਹ ਤਾਂ ਸਾਕੂ ਇਵੇਂ ਹਰੋਂ ਲੱਗ ਗਈ ਏ ਛੁੱਟਦੀ ਨਹੀਂ ਸਿਗਰਟ ਨਾ ਪੀਉ ਵਾਸ਼ਰੂਮੇ ਘੰਟਾ ਘੰਟਾ ਬੈਠ ਰਾਨੇ ਜ਼ੋਰ ਲਾਈ ਰਖਦੇ ਆਂ ਠੀਕ ਏ ਤੇ ਜਬ ਤੱਕ ਸਿਗਰਟ ਦਾ ਕਾਸ਼ ਨਾ ਲਾਉ ਸਕੂ ਕਿਆ ਨੀ ਆਂਦੀ ਨੀਂਦਰੀ ਨਹੀਂ ਆਂਦੀ ਸਾਕੂ ਉਹ ਹੀ ਨਹੀਂ ਆਂਦੀ ਤੇ ਵਲ ਨੀਂਦਰੀ ਨਹੀਂ ਆਂਦੀ ਤੇ ਸਿਗਰਟ ਸਿਗਰਟ ਨਾ ਮਿਲੇ ਸਾਕੂ ਸਾਡੇ ਮੂੰਹ ਚ ਲਾਲੂ ਆਨਨ ਥੁੱਕਾ ਆਨਨ ਅਸਾਂ ਗਾਲ ਨਹੀਂ ਕਰ ਸਕਦੇ ਅਕਸਰ ਬੰਦੇ ਢਿੱਠੇ ਸੇ ਮਹਿਫਿਲੇ ਚ ਬੈਠੇ ਹੋਣ ਨਾ ਤੋ ਉਹਨਾਂ ਦੇ ਮੂੰਹ ਜੋ ਲਾਲੂ ਆਉਣ ਤੇ ਥੁੱਕਾ ਮਾਰੇ ਸਟੇਂਦੇ ਉਹਨਾਂ ਨੂੰ ਉਹ ਬਈ ਕਹੀਂ ਮੂੰਹ ਕਾਣ ਜਣ ਗੋੜ ਲੀਪੀ ਥੂਵਾਲ ਕੋਈ ਤਪੇਦਾ ਚੀਤੀ ਸੀਤੀ ਵੱਲ ਗਾਲ ਕਰ ਤੋ ਯਾਨੀ ਉਹਨਾਂ ਦਾ ਫੋਕਾ ਵੀ ਨਹੀਂ ਬਣਦਾ ਗਾਲੋ ਛੋ ਤੇ ਘਰ ਹੀ ਨਹੀਂ ਸਕਦੇ ਸਿਗਰਟ ਐਸੀ ਸ਼ੈ ਤੋ ਜਨਾਬ ਐ ਸਿਗਰਟ ਛੋੜਨ ਦਾ ਨੁਸਖਾ ਦੱਸਦੇ ਪਿਆ ਲਿਖ ਗਿਨੋ ਸਮਝ ਗਿਨੋ ਸ਼ਾਰਟਕਟ ਨੁਸਖਾ ਹੈ ਤੇ ਹੋਮੀਓਪੈਥਿਕ ਡਾਕਟਰ ਉਹਨੂੰ ਕਾਵੜ ਲੱਗਵੀਂ ਸੀ ਬਈ ਇਹਨੂੰ ਸੋਕਿਉਂ ਦਸਾਰੇਂਦੇ ਕੋਈ ਕਹੀਂ ਬਿਮਾਰੀ ਹੈ ਹੋਮੀਓਪੈਥਿਕ ਦੇ ਵਿੱਚ ਜਨਾਬ ਨੁਸਖਾ ਹੈ ਕਲੇਡੀਅਮ 1000 ਤਾਕਤ ਇਹ 15 ਦਿਨ ਬਾਅਦ ਮਹੀਨੇ ਪੰਜ ਕਤਰੇ ਇਹ ਕਲੇਡੀਅਮ ਜਿਹੜੀ ਹੈ ਸਿਗਰਟ ਤੋੜੇ ਜੇ ਕੋ ਸਿਗਰਟ ਬਾੜ ਥਈ ਵਦਿਓਏ ਪੰਜ ਕਤਰੇ ਇਹ ਹੁੰਦਾ ਇਲਾਜ ਦੂਜੀ ਗਾਲ ਸੌਫ ਹਰੀੜ ਜ਼ਰਦ ਗੋਲ ਸੁਰਖ ਪੁਦੀਨਾ ਖੁਸ਼ਕ ਇਹ ਪੰਜ ਪੰਜ ਤੋਲੇ ਕਾਲਾ ਨਮਕ 1 ਤੋਲਾ ਨਮਕ ਕੇ ਸਾਂਭਰ 1 ਤੋਲਾ ਨੁਸ਼ਾਦਰ 1 ਤੋਲਾ ਇਹ ਸਾਰੇ ਦਵਾਈਆਂ ਦਾ ਪਾਊਡਰ ਕਰਕੇ ਲੋ ਤੇ ਜਿਹੜੇ ਵੇਲੇ ਸਿਗਰਟ ਦੀ ਬਾੜ ਥੀ ਵੇ ਉਲੇ ਥੋੜਾ ਜਿਹਾ ਇਹ ਫੱਕੀ ਖਾ ਗਣੀ ਏ ਮਜੂਨ ਬੈਦਲਵਰਦ ਜਵਾਰਿਸ਼ ਕਮੂ ਨਹੀਂ ਤੇ ਜਵਾਰਿਸ਼ ਜਾਲੀ ਨੂਸ ਇੰਦਾ ਵੀ ਇਹੋ ਕੰਮ ਹੈ ਸਿਗਰਟ ਤੁਹਾਡੀ ਛੋਟ ਸਕਦੀ ਹੈ ਬਸ਼ਰਤੇ ਕਿ ਤੁਹਾਡਾ ਈਮਾਨ ਜ਼ਿੰਦਾ ਹੋਵੇ ਤੁਹਾਡੀ ਨੀਅਤ ਹੋਵੇ ਤੁਹਾਡਾ ਜ਼ਹਿਨ ਬਣ ਵਜੇ ਕਿ ਸਿਗਰਟ ਇੱਕ ਜ਼ਹਿਰ ਹੈ ਤੇ ਇਹ ਕੁਛੋੜ ਦੇਮਣੇ ਅਗਰ ਚਾਹਦੇ ਵੇ ਤੁਹਾਡੇ ਫਿਰਫੜੇ ਨੌਜਵਾਨ ਰਾਮਨ ਅਗਰ ਚਾਹਦੇ ਵੇ ਤੁਹਾਡੀ ਆਵਾਜ਼ੇ ਦਮ ਹੋਵੇ ਜਿਵੇਂ ਮੀਡੀਆ ਆਵਾਜ਼ੇ ਦਮ ਹੈ ਦਮ ਹੈ ਜਾਂ ਕਹਿ ਨਹੀਂ ਇੰਦਾ ਅਮਰੀਕੇ ਤੋਂ ਨਹੀਂ ਚੱਲਿਆ ਗਿਆ ਤਾਂ ਸਿਗਰਟ ਨੂੰ ਮੂੰਹ ਹੀ ਨਹੀਂ ਲਾਉਣਾ ਤੁਹਾਰੇ ਕਿ ਖਿਆਲ ਹੈ ਮੈਂ ਸਿਗਰਟ ਪੀਵਣਾ ਚਾਹਵਾ ਨਹੀਂ ਪੀ ਸਕਦਾ ਟਰੱਕ ਲਵਾ ਕੇ ਨਾ ਸਿਗਰਟ ਦਾ ਲੇਕਿਨ ਇਹ ਸੇ ਨੁਕਸਾਨ ਦੇ ਕਿਉਂ ਪੀ ਲਿਆਦਾ ਤੰਬਾਕੂ ਨਸ਼ੀ ਮਦਰਸੀਆ ਤੇ ਜਿੰਨਾ ਜਲਦੀ ਤੇ ਇਹ ਕੋਲਡੋ ਮਿਹਰਬਾਨੀ